Inspire Punjab TV ਤੇ ਤੁਹਾਡਾ ਸਵਾਗਤ ਹੈ ਪਾਨਾ ਸਿੱਧੂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਹੈ ਜਿਸ ਵਿੱਚ ਪਾਨਾ ਸਿੱਧੂ ਤੇ ਦੋਸ਼ ਲਗਾਏ ਗਏ ਕਿ 10000 ਰੁਪਏ ਮੰਗਲੇ ਪਾਨਾ ਸਿੱਧੂ ਨੂੰ ਉਸ ਸਿਰਸਤ ਉੱਛਲਿਆ ਗਿਆ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਪਾਨਾ ਸਿੱਧੂ ਦੇ ਹੱਕ ਚ ਆਏ ਤੇ ਬਹੁਤ ਸਾਰੇ ਵਿਰੋਧ ਚ ਜਿਸ ਬੰਨੇ ਪੱਤਰਕਾਰ ਜਗਦੀਪ ਸਿੰਘ ਥਲੀ ਨੇ ਪੋਸਟ ਪਾ ਕੇ ਲਿਖਿਆ ਕਿ ਪਾਨਸ ਤੋਂ ਤੇ ਬਰਫ ਵਾਲਾ ਪਾਣੀ ਪਾਇਆ ਗਿਆ ਕੁੱਟਿਆ ਵੀ ਗਿਆ ਤੇ ਇਹ ਸਾਰਾ ਕੁਝ ਮੁੱਖ ਮੰਗੇ ਭਗਵੰਤ ਮਾਨ ਨੇ ਵੀਡੀਓ ਕਾਲ ਰਹੀਂ ਦੇਖਿਆ ਤੇ ਇਹ ਕੁਝ ਕਰਨ ਬਾਰੇ ਕਿਹਾ ਤਾਂ ਇਹ ਬੋਲ ਖਸਦਾਨ ਨੇ ਲਾਈਵ ਹੋ ਕੇ ਗਏ ਜੋ ਕਿ ਪੱਤਰਕਾਰ ਜਗਦੀਪ ਸਿੰਘ ਥਲੀ ਨੇ ਆਪਣੀ ਫੇਸਬੁੱਕ ਵਾਲ ਤੇ ਸਾਂਝੇ ਕੀਤੇ ਹੁਣ ਇਸੇ ਪੋਸਟ ਤੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਵਿਚਾਰ ਰੱਖੇ ਕਿ ਉਹਨਾਂ ਨੇ ਕਿਹਾ ਭਗਵੰਤ ਮਾਨ ਨੂੰ ਦੋ ਹੀ ਕੰਮ ਨੇ ਇੱਕ ਪਾਸੇ ਸਿੱਧੂ ਤੇ ਪੱਛੀ ਪੁਆਣੀ ਤੇ ਦੂਜਾ ਤੈਨੂੰ ਖਰੀਦਣ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰਨਾ ਉਹ ਤੀਜਾ ਕੋਈ ਕੰਮ ਹੀ ਨਹੀਂ ਨਾਰਲੀ ਲੱਖਸਾ ਦਾਣਾ ਨੂੰ ਵੀ ਕਿਹਾ ਇਹ ਬੰਦਾ ਫੁਕਰੀਆ ਮਾਰਦਾ ਜਾਂ ਸੱਚੀ ਕਾਮਰਸ ਸੈਂਸ ਹੈ ਨਹੀਂ ਤਾਂ ਇਹਨਾਂ ਪੋਸਟਾਂ ਬਾਰੇ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ